ਪੀਸ ਆ ਗਏ ਬੜੇ ਵਧੀਆ, ਡੈਕੋਰੇਸ਼ਨ ਪੀਸ ਆ ਗਏ, ਕਲਰਫੁੱਲ ਪੀਸ ਆ ਗਏ ਬੜੇ ਬੜੇ ਵਧੀਆ, ਘਰਾਂ ਦੀ ਡਿਜ਼ਾਇਨਿੰਗ ਵਾਸਤੇ ਕਲਰਫੁੱਲ ਬੜੇ ਬੜੇ ਵਧੀਆ, ਨਵੇਂ ਨਵੇਂ ਡਿਜ਼ਾਇਨਾਂ ਦੇ ਬੜੇ ਵਧੀਆ ਡੈਕੋਰੇਸ਼ਨ ਪੀਸ ਆ ਗਏ ਆ। ਯਾ ਅੱਲਾ ਕਰਮ ਕਰ, ਅੱਜ ਤੂੰ ਹੀ ਆਪਣੀ ਰਹਿਮਤ ਕਰ। ਸਵੇਰ ਦਾ ਫਿਰੀ ਜਾਂਦਾ ਵਾ, ਕੋਈ ਗਾਹਕ ਕੋਈ ਨਹੀਂ ਲੱਗਿਆ, ਹਾਲੇ ਤਾਂ ਸਵੇਰ ਦੀ ਬਿਸਮਿਲ੍ਲਾ ਵੀ ਨਹੀਂ ਕੀਤੀ। ਹੈਲੋ, ਉਹ ਗੱਲ ਸੁਣ ਯਾਰ। ਹਾਂਜੀ, ਕੀ ਵੇਚੀ ਜਾਂਦਾ ਹੈ ਭਾਈ? ਡੈਕੋਰੇਸ਼ਨ ਪੀਸ ਹੈਗੇ ਨੇ। ਅੱਛਾ, ਰਕਸ਼ਾ ਇਹ? ਰਕਸ਼ਾ ਵਾ ਭਾਜੀ, ਆ ਲਾਲਟੈਨ ਆ। ਕਿੰਨੇ ਦਾ ਰਕਸ਼ਾ? ਇਹ 600 ਰੁਪਏ ਦਾ ਭਾਜੀ। ਹੈਂ, ਉਹ ਵੀ ਖੁਦਾ ਦਾ ਖੌਫ ਕਰ, 600 ਰੁਪਏ ਦਾ? ਆ ਐਡਾ ਕੁ ਰਕਸ਼ਾ 600 ਦਾ ਵੇਚੀ ਜਾਣਦੇ ਆ ਭਾਜੀ? 600 ਰੁਪਏ ਤੋਂ ਜ਼ਿਆਦਾ ਤਾਂ ਨਹੀਂ ਰੇਟ ਹੈਗਾ, ਜਾਇਦ ਮੁਨਾਸਬ ਵੀ ਨਾਲੇ ਪਾਣੀ ਦਾ ਗਲਾਸ ਤਾਂ ਪੀਣਾ ਜੋ ਮਿਲ ਜਾਏਗਾ। ਪਾਣੀ ਪੀਣਾ? ਹਾਂਜੀ। ਓ ਯਾਰ, ਇੱਕ ਪਾਣੀ ਦਾ ਗਲਾਸ ਲੈ ਕੇ ਆਇਓ। ਇਹ ਭਾਜੀ ਇਹਨਾਂ ਦੀ ਤੇ ਨਾ ਵੇਖੋ ਕੰਮ, ਮਿਹਨਤ ਕਿੰਨੀ ਹੋਈ ਹੈ। ਉਹ ਮਿਹਨਤ ਤੇ ਹੋਈ ਹੈ, ਠੀਕ ਹੈ, ਲੇਕਿਨ ਰੇਟ ਤੂੰ ਦੱਸ ਨਾ ਕਿੱਦਾਂ? ਆਹ ਕਿੰਨੇ ਦਾ ਹੈ? ਇਹ 1000 ਰੁਪਏ ਦਾ। ਵਾਹ 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 ਵਾਹ, ਚੀਜ਼ਾਂ ਤੇਰੇ ਕੋਲ ਪੁਰਾਣੀਆਂ ਨੇ ਸਾਰੀਆਂ, ਰੇਟ ਤੂੰ ਮਾਲਾਂ ਵਾਲੇ ਰੱਖੇ ਨੇ। ਮਿਹਰਬਾਨੀ ਭਾਜੀ। ਨਾ ਮੇਰੀ ਗੱਲ ਸੁਣ, ਤੂੰ ਇੱਥੇ ਫਿਰ ਫੁਰ ਕੇ ਸਾਰੀਆਂ ਚੀਜ਼ਾਂ ਵੇਚਣ ਦੇ ਆ, ਤੂੰ ਕਿਹੜਾ ਕਿਸੇ ਦੁਕਾਨ ਤੇ ਬੈਠਾ ਹੈ? ਨਾ ਤੈਨੂੰ ਕੋਈ ਬਿਜਲੀ ਦਾ ਬਿੱਲ ਦਾ ਫਿਕਰ ਆ, ਨਾ ਤੈਨੂੰ ਕੋਈ ਕਿਰਾਏ ਦੀ ਫਿਕਰ ਆ, ਇੱਥੇ ਗਲੀ ਮੁਹੱਲੇ ਜੀ ਫਿਰਦਾ ਵਾਂ, ਤੇ ਲਾ ਲਾ ਮੁਨਾਸਬ ਤੇ ਲੈ ਲਾਂਗਾ ਤੇਰੇ ਕੋਲੋਂ। ਭਾਜੀ ਫਿਰਨਾ ਕਹਿਣਾ ਸੌਖਾ ਵਾ, ਜਿਹਨੂੰ ਫਿਰਨਾ ਪੈਂਦਾ ਨਾ ਪਤਾ ਉਹਨੂੰ, ਜਦੋਂ ਪੁੱਛ ਕੇ ਵੇਖੋ ਕੀ ਹਾਲ ਹੁੰਦਾ। ਕੋਈ ਗੱਲ ਨਹੀਂ ਯਾਰ, ਤੂੰ ਲਾ ਨਾ ਇਹਦਾ ਮੁਨਾਸਬ ਲਾ ਕੋਈ ਰੇਟ। ਇਹਦਾ ਕੀ, ਕਿੰਨੇ ਪੈਸੇ ਕਹੇ ਦੇ ਤੂੰ ਮੈਨੂੰ? ਇਹਦਾ 1000 ਰੁਪਇਆ ਕਿਹਾ ਭਾਜੀ। ਉਹ ਨਹੀਂ 1000, ਇਹ ਚੀਜ਼ ਤਾਂ ਸੋਹਣੀ ਆ, ਲੇਕਿਨ ਤੂੰ 1000 ਜ਼ਿਆਦਾ ਮੰਗ ਰਿਹਾ, ਕੋਈ ਮੁਨਾਸਬ ਕਰ ਦੇ ਜਿੰਨੇ ਦੇ। ਭਾਜੀ ਤੁਹਾਨੂੰ ਸੱਚੀ ਤੇ ਜੈਨੂਇਨ ਗੱਲ ਦੱਸਾਂ, ਸੁਬਾ ਦਾ ਮੇਰਾ ਇੱਕ ਪੀਸ ਵੀ ਨਹੀਂ ਵਿਕਿਆ, ਹੁਣ ਸ਼ਾਮ ਦਾ ਟਾਈਮ ਹੈ ਤੇ ਮੈਂ ਘਰ ਚੱਲਾਂ ਵਾਂ, ਤਾਂ ਮੈਂ ਇਸੇ ਕੋਲੋਂ ਤੁਹਾਡੇ ਕੋਲ ਜਾਇਜ਼ ਮੁਨਾਸਬ ਰੇਟ ਮੰਗਿਆ ਕਿ ਚਲੋ ਤੁਸੀਂ ਵੀ ਲੈਣ ਵਾਲੀ ਗੱਲ ਕਰੋ ਤੇ ਮੈਂ ਵੀ ਦੇਣ ਵਾਲੀ ਗੱਲ ਕਰਾਂ। ਸੁਬਾ ਤਾਂ ਤੇਰਾ ਕੋਈ ਪੀਸ ਨਹੀਂ ਨਾ ਵਿਕਿਆ? ਨਹੀਂ, ਮੈਂ ਤੈਨੂੰ ਕਹਿਣ ਦਿਆਂ ਮੈਂ ਤੇਰੇ ਕੋਲ ਲੈਣ ਦਿਆਂ ਵਾਂ, ਕੋਈ ਮੁਨਾਸਬ ਲਾ ਲਾ ਤੇ ਲੈ ਲਾਂਗਾ ਤੇਰੇ ਕੋਲੋਂ, 400 ਰੁਪਏ ਦਵਾਂ ਇਹਦਾ। ਭਾਜੀ 400 ਰੁਪਏ ਤਾਂ ਮੈਨੂੰ ਨਹੀਂ ਪੈਣ ਦੀ ਵੀਰੇ, 400 ਰੁਪਏ ਦੀ ਮੈਂ ਆਪ ਤਾਂ ਨਹੀਂ ਤਿਆਰ ਕੀਤੀ, ਮੈਂ ਤੁਹਾਡੇ ਅੱਗੇ ਇਹ ਅਰਜ਼ ਕੀਤੀ ਹੈ ਕਿ ਮੈਂ ਕਿਸੇ ਕੋਲੋਂ ਤਿਆਰ ਹੋਇਆ ਮਾਲ ਲੈ ਕੇ ਆਣਾ। ਇਹ ਕਿੰਨੇ ਦਾ ਦੱਸਿਆ? 600 ਰੁਪਏ ਦਾ ਭਾਜੀ। 600 ਰੁਪਏ ਨਹੀਂ, ਤੈਨੂੰ ਮੈਂ 300 ਰੁਪਏ ਦੇਣਾ ਇਹਦਾ, ਠੀਕ ਹੋ ਗਿਆ, ਤੇ 400 ਰੁਪਏ ਦਵਾਂਗਾ ਇਹਦਾ, 700 ਰੁਪਏ ਹੋ ਗਿਆ। ਨਹੀਂ ਭਾਜੀ ਇਹਨੂੰ ਇੰਨੇ ਦਿਨ ਹੀ ਨਾ ਹੈਗੇ, ਜਿਹੜੇ 10 ਵੀ 50 ਘੱਟ ਕਰਨੇ ਤੁਸੀਂ ਉਹ ਕਰ ਸਕਦੇ। ਠੀਕ ਆ, ਮੈਂ ਤਾਂ ਪਹਿਲਾਂ ਹੀ ਬੋਲ ਦਿੱਤਾ ਨਹੀਂ ਨਾ ਹੁੰਦਾ ਕਿ ਜਿਹੜੇ ਜਾਇਜ਼ ਮੁਨਾਸਬ 10 ਵੀ ਘਟਾਣੇ ਉਹ ਘਟਾ ਲਓ ਤੁਸੀਂ। ਹਾਂਜੀ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਸਰ। ਕੀ ਵੇਚ ਰਹੇ ਹੋ ਭਾਜਨ? ਇਹ ਸਾਰਾ ਡੈਕੋਰੇਸ਼ਨ ਪੀਸ ਹੈਗੇ ਨੇ। ਪਿਆਰੇ ਆ, ਇਹ ਵਿਖਾਓ ਕੀ ਰਕਸ਼ਾ, ਇਹ ਚੱਲਦਾ ਵੀ? ਨਹੀਂ ਸਰ ਚੱਲਣ ਕੀ ਹੈਗਾ, ਇਹ ਡੈਕੋਰੇਸ਼ਨ ਪੀਸ ਹੈਗਾ ਬਸ, ਕਲਰਫੁੱਲ ਹੋਇਆ, ਘਰੇ ਟੇਬਲ ਟੂਬਲ ਤੇ ਰੱਖੀ ਦਾ, ਜ਼ਰਾ ਖੂਬਸੂਰਤੀ ਵਾਸਤੇ ਕਰਾਂ ਦੀ। ਹੈ ਕੀ ਇਹ ਸਾਰੇ? ਇੱਕ ਚੈਨ ਹੈਗਾ, ਇੱਕ ਲਾਲਟੈਨ ਆ। ਇਹ ਵੀ ਵਿਖਾਓ ਖਾਂ ਲਾਲਟੈਨ। ਵਾਹ ਜੀ ਵਾਹ। ਅੱਛਾ, ਵਿੱਚ 32 ਦੇਖੋ ਉਹਨਾਂ ਨੇ ਲਾਈ ਹੈ ਬਣਨ ਵਾਲੀ। ਹਾਂਜੀ 32 ਲਾਈ ਹੈਗੀ। ਬਲਦੀ? ਹਾਂਜੀ ਬਲਦੀ, ਹੁਣ ਤਾਂ ਰਿਵਾਜ਼ ਭਾਜੀ ਖਤਮ ਹੋ ਗਿਆ, ਇਹ ਪੁਰਾਣੀਆਂ ਸੁਗਾਤਾਂ ਸੀ। ਇਹ ਤਾਂ ਭਾਜੀ ਹੁਣ ਅੱਜ ਦੇ ਤੌਰ ਤੇ ਬੱਚੇ ਵੇਖਣਗੇ, ਉਹਨਾਂ ਨੂੰ ਕੀ ਪਤਾ ਕੀ ਚੀਜ਼ ਹੈ। ਸਹੀ ਸਹੀ, ਤੇ ਕਿੰਨੇ ਦਾ ਕੀ ਰੇਟ ਹੈ ਇਹਦਾ? ਸਾਰੀਆਂ ਰਕਸ਼ਾ ਵਾ 600 ਰੁਪਏ ਦਾ। ਅੱਛਾ, ਲਾਲਟੈਨ 1000 ਰੁਪਏ ਦੀ। ਚਲੋ ਆਹ ਦੋਨੋਂ ਤਾਂ ਫਿਰ ਤੁਸੀਂ ਮੈਨੂੰ ਦੇ ਦਿਓ ਨਾ। ਮਿਹਰਬਾਨੀ ਸਰ, ਸ਼ੁਕਰੀਆ। ਕਿੰਨੇ ਪੈਸੇ ਬਣ ਗਏ ਤੁਹਾਡੇ? 1600 ਰੁਪਏ ਭਾਜੀ। ਸਰਕਾਰ ਕੀ ਕਰਨ ਦੇ ਹੋ? ਕੀ ਹੋਇਆ ਜੀ? 1000 ਰੁਪਏ ਲਾਲਟੈਨ ਦਾ ਕਹਿੰਦੇ ਆ, ਮੈਂ ਉਹਨੂੰ 400 ਰੁਪਏ ਕਿਹਾ, ਉਹਦਾ ਰਕਸ਼ੇ ਦਾ ਉਹਨੇ 600 ਰੁਪਏ ਕਿਹਾ ਸੀ, ਮੈਂ 300 ਕਿਹਾ, ਥੋੜ੍ਹੀ ਬਹਿਸ ਤਾਂ ਕਰੋ, ਉਹਦੇ ਨਾਲ ਕਰ ਦੇਗਾ ਘੱਟ। ਅੱਛਾ ਜੀ, ਤੁਸੀਂ ਕੰਮ ਕਰੋ ਨਾ, ਆਹ ਜ਼ਰਾ ਪਿੱਛੇ ਮੇਰੀ ਗੱਡੀ 'ਚ ਨਜ਼ਰ ਮਾਰੋ, ਕੱਪੜੇ ਪਏ ਨੇ। ਹਾਂਜੀ ਠੀਕ ਹੈ। ਹਾਂ ਇਹ ਭਾਈ ਜਾਨ, ਮੈਂ ਨਾ ਬ੍ਰਾਂਡ ਤੋਂ ਸ਼ੋਪਿੰਗ ਕਰਕੇ ਆ ਰਿਹਾ। ਅੱਛਾ, ਜਦੋਂ ਤੁਸੀਂ ਬ੍ਰਾਂਡ ਦੀ ਸ਼ੋਪਿੰਗ ਕਰਦੇ ਹੋ ਨਾ, ਤਾਂ ਕੱਪੜਿਆਂ ਦੇ ਉੱਤੇ ਸਿਰਫ ਟੈਗ ਲੱਗੇ ਹੁੰਦੇ ਨੇ, ਉਹਨਾਂ ਦੀ ਜਿਹੜੀ ਕੀਮਤ ਹੁੰਦੀ ਹੈ ਉਹ ਤੁਸੀਂ ਸਕੂਨ ਨਾਲ ਉਹਨਾਂ ਨੂੰ ਪੇ ਕਰ ਦਿੰਦੇ ਹੋ, ਅਤੇ ਅਗਰ ਡਿੱਗੀ ਦੇਖੋਗੇ ਨਾ ਤੁਸੀਂ ਗੱਡੀ ਦੀ, ਅਤੇ ਉਹ 'ਚ ਪੂਰੇ ਮਹੀਨੇ ਦਾ ਰਾਸ਼ਨ ਵੀ ਮੈਂ ਲੈ ਕੇ ਆਇਆ। 60-70 ਹਜ਼ਾਰ ਰੁਪਏ ਦਾ ਮੇਰਾ ਉੱਥੇ ਬਿੱਲ ਬਣਿਆ ਸੀ, ਮੈਂ ਕਾਊਂਟਰ 'ਤੇ ਗਿਆ ਵਾਂ, ਉਹਨਾਂ ਨੇ ਮਸ਼ੀਨ ਮਾਰੀ ਹੈ, ਜਿੰਨਾ ਬਿੱਲ ਬਣਿਆ ਮੈਂ ਉਹਨਾਂ ਨੂੰ ਪੇ ਕਰ ਦਿੱਤਾ। ਭਾਜੀ ਉੱਥੇ ਮੈਂ ਕੋਈ ਬਹਿਸ ਨਹੀਂ ਕੀਤੀ,
ਤੇ ਉਹਨਾਂ ਦਾ ਰੋਜ਼ਾਨਾ ਦਾ ਪ੍ਰੋਫਿਟ ਜਿਹੜਾ ਹੈ ਨਾ ਉਹ ਲੱਖਾਂ 'ਚ ਹੁੰਦਾ ਹੈ। ਉਹ ਭਾਈ ਜਾਨ, ਉਹ ਮਾਲ ਨੇ ਇਹ ਇੱਥੇ ਗਲੀ 'ਚ ਵੇਚਣ ਦੇ ਆਏ। ਇਹੀ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਉਹ ਮਾਲ ਹੈ, ਉਹਨਾਂ ਦੇ ਪ੍ਰੋਫਿਟ ਲੱਖਾਂ 'ਚ ਨੇ। ਉੱਥੇ ਜਾ ਕੇ ਤੁਸੀਂ ਬਹਿਸ ਨਹੀਂ ਕਰਦੇ, ਮੈਂ ਬਹਿਸ ਨਹੀਂ ਕਰਦਾ। ਉੱਥੇ ਤੇ ਉਹਨਾਂ ਨੇ ਜੋ ਮੰਗਿਆ ਅਸੀਂ ਆਪਣੀ ਅਨਾ ਦਾ ਮਸਲਾ ਤੇ ਆਪਣੀ ਇੱਜ਼ਤ ਦਾ ਮਸਲਾ ਸਮਝ ਕੇ ਉਹਨਾਂ ਨੂੰ ਪੇ ਕਰ ਦਿੰਦੇ। ਉਹ ਯਾਰ ਆ ਮਾੜਾ ਆਦਮੀ ਹੈ, ਇਹ ਅਗਰ ਇਹਨੇ ਮੈਨੂੰ 1600 ਰੁਪਏ ਦਾ ਮਾਲ ਵੇਚਿਆ, ਉਹ 'ਚੋਂ ਕੋਈ 200-400 ਰੁਪਏ 500 ਰੁਪਏ ਅਗਰ ਬਚਾ ਵੀ ਲਊਗਾ, ਇਹਨੇ ਉਹਦੇ ਨਾਲ ਮਹਿਲ 'ਚ ਬਾਰੇ ਨਹੀਂ ਪਾਉਣੇ। ਇਹਨੇ ਕੀ ਲੈ ਜਾਣਾ ਉਸ ਪੈਸਿਆਂ 'ਚੋਂ? ਵੱਧ ਤੋਂ ਵੱਧ ਜਿਹੜਾ ਇਹਨੂੰ 400-500 ਬਚਣਾ ਨਾ, ਉਹ ਇਹਦੇ ਬੱਚਿਆਂ ਦੀ ਰੋਟੀ ਲਈ ਹੀ ਇਸਤੇਮਾਲ ਹੋਏਗਾ ਮੇਰੇ ਵੀਰ। ਔਰ ਇਹਨੇ ਉਹਦੇ ਵਿਚਾਰੋ 'ਚ ਕੀ ਕਰ ਲੈਣਾ? ਮੈਂ ਤਾਂ ਤੁਹਾਨੂੰ ਵੀ ਇਹ ਰਿਕੁਐਸਟ ਕਰੂੰਗਾ ਕਿ ਇੱਦਾਂ ਦੇ ਹੌਕਰ ਸਾਡੇ ਭਾਈ, ਇਹ ਸਾਡੇ ਫਰੂਟ ਦੀਆਂ ਰੇਹੜੀਆਂ ਵਾਲੇ ਲੋਕ, ਸਾਡੇ ਸਬਜ਼ੀਆਂ ਵਾਲੇ, ਜਿੰਨੇ ਵੀ ਇੱਦਾਂ ਦੇ ਮਜ਼ਦੂਰ ਵਿਚਾਰੇ ਵੇਚਦੇ ਫਿਰਦੇ ਨੇ ਨਾ, ਉਹਨਾਂ ਨਾਲ ਭਾਜੀ ਬਹਿਸ ਨਾ ਕਰਿਆ ਕਰੋ। ਯਕੀਨ ਕਰੋ, ਤੁਹਾਡੇ ਕੋਲ ਜਿਹੜਾ ਪ੍ਰੋਫਿਟ ਜਾਣਾ ਨਾ, ਉਹਨਾਂ ਪੈਸਿਆਂ ਨਾਲ ਸਿਰਫ ਇਹਨਾਂ ਗਰੀਬ ਬੱਚਿਆਂ ਦੇ ਪੇਟ ਦੀ ਅੱਗ ਹੀ ਬੁੱਝਣੀ ਹੈ। ਇਸ ਤੋਂ ਇਲਾਵਾ ਹੋਰ ਇਹਨੇ ਕੀ ਕਰ ਲੈਣਾ? ਇਸ ਲਈ ਦਿਲ ਵੱਡਾ ਕਰੋ, ਅੱਲਾਹ ਤਾਲਾ ਦੀ ਮਖਲੂਕ 'ਤੇ ਰਹਿਮ ਕਰੋ, ਅਤੇ ਅੱਲਾਹ ਨੇ ਤੁਹਾਨੂੰ ਸਬੱਬ ਬਣਾਇਆ ਨਾ, ਕੋਈ ਇੱਕ ਅੱਧੀ ਚੀਜ਼ ਐਵੇਂ ਲੈ ਲਿਆ ਕਰੋ। ਤੁਸੀਂ ਇਹਨਾਂ 'ਤੇ ਰਹਿਮ ਕਰੋਗੇ ਨਾ, ਅਤੇ ਅੱਲਾਹ ਤਾਲਾ ਤੁਹਾਡੇ 'ਤੇ ਰਹਿਮ ਕਰੇਗਾ, ਠੀਕ ਹੈ? ਕਿੰਨੇ ਪੈਸੇ ਦੱਸੇ ਸੀ ਜੀ ਤੁਸੀਂ? 1600 ਰੁਪਏ। ਲਓ ਬਿਸਮਿਲਾ, ਇਹ 2000 ਰੁਪਈਆ ਤੁਸੀਂ ਰੱਖੋ, ਠੀਕ ਹੈ? ਭਾਈ ਟੁੱਟੇ ਨਹੀਂ, ਕੋਈ ਮਸਲਾ ਨਹੀਂ, ਅੱਲਾਹ ਤਾਲਾ ਤੁਹਾਡਾ ਭਲਾ ਕਰੇ। ਮਿਹਰਬਾਨੀ ਸਰ, ਬਹੁਤ ਸ਼ੁਕਰੀਆ। ਬੱਚਿਆਂ ਲਈ ਕੋਈ ਨਾ ਅੱਜ ਅੱਛੀ ਚੀਜ਼ ਬਣਾ ਲੈਣਾ। ਬੜੀ ਮਿਹਰਬਾਨੀ ਜੀ, ਅੱਲਾਹ ਪਾਕ ਤੁਹਾਨੂੰ ਜਜ਼ਾ ਦੇਵੇ। ਬੜੀ ਮਿਹਰਬਾਨੀ, ਅੱਲਾਹ ਹਾਫਿਜ਼। ਅੱਲਾਹ ਹਾਫਿਜ਼। ਸ਼ੁਕਰੀਆ ਅੱਲਾਹ ਤੇਰਾ, ਸ਼ੁਕਰ। ਕਿੰਨੇ ਦੀ ਯਾਰ ਚਾਈਨਾ ਕੱਪ ਵਾਲੀ? ਭਾਈ 500 ਰੁਪਏ ਦੀ। 500 ਰੁਪਏ ਦੀ? ਹਾਂਜੀ। ਵਾਹ ਵਾਹ ਵਾਹ, ਸੋਹਣਿਆ ਰੱਬਾ, ਦੇਣ ਤੇ ਆਵੇ ਤਾਂ ਇੱਕ ਮਿੰਟ 'ਚ ਦੇ ਦਿੰਦੇ। ਲੈ ਯਾਰ, ਮਿਹਰਬਾਨੀ ਜੀ। ਠੀਕ ਹੈ, ਬੜੀ ਮਿਹਰਬਾਨੀ। ਖੁਸ਼ ਹੈ, ਰਾਜ਼ੀ ਹੈ ਨਾ? ਤੁਸੀਂ ਰਾਜ਼ੀ ਹੋ ਤੇ ਅਸੀਂ ਵੀ ਰਾਜ਼ੀ ਭਾਜੀ। ਚਲੋ, ਅਸਲਾਮ ਅਲੈਕੁਮ ਜੀ। ਹਾਂਜੀ ਵਾਹ।